ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰ ਅੱਜ ਤੁਸੀਂ ਮਲੋਹ ਬਾਰੇ ਕੀ ਕਹਿਣਾ ਚਾਹੋਗੇ? ਮੈਂ ਮਲੋਹ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਿਧਾਨ ਸਭਾ ਹਲਕਾ ਮਲੋਹ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ। ਅੱਜ ਵਿਧਾਨ ਸਭਾ ਹਲਕਾ ਮਲੋਹ ਤੋਂ ਮੈਂ MLA ਦੀ ਇਲੈਕਸ਼ਨ ਵਾਸਤੇ ਨੈਸਰ ਆਪਣੀ ਪਾਰਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦੀਆਂ ਜੋ ਪੂਰੀਆਂ 117 ਸੀਟਾਂ ਨੇ ਉਹਨਾਂ ਕੁਛ ਸੀਟਾਂ ਦੇ ਉੱਤੇ ਅਸੀਂ ਨੇ ਪੰਜਾਬ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ ਮਲੋਹ ਦਾ ਮੈਨੂੰ ਹਲਕਾ ਇੰਚਾਰਜ ਵੀ ਲਗਾਇਆ ਗਿਆ ਹੈ ਅਤੇ ਮਲੋਹ ਦੀ ਟਿਕਟ ਦੇ ਉੱਤੇ ਟਿਕਟ ਰੰਡ ਵਾਸਤੇ ਹਾਈ ਕਮਾਂਡ ਨੇ ਮੈਨੂੰ ਜੋ ਹੁਕਮ ਲਗਾਇਆ ਹੈ। ਮਲੋਹ ਹਲਕੇ ਦੇ ਵਿੱਚ ਜਿਸ ਤਰ੍ਹਾਂ ਦਾ ਮੈਂ ਦੇਖਿਆ ਪਿੰਡਾਂ ਵਿੱਚ ਜਾ ਕੇ, ਸਾਰਿਆਂ ਨੂੰ ਪਹਿਲਾਂ ਤਾਂ ਮੈਂ ਸਾਰੀ ਪ੍ਰੈੱਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਪੂਰੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਮੈਂ ਹੀ ਇੱਕ ਪੱਤਰਕਾਰਾਂ ਵੱਲੋਂ ਪੰਜਾਬ ਦੀ ਇਲੈਕਸ਼ਨ ਲੜ ਰਿਹਾ। ਪੂਰਾ ਮੀਡੀਆ ਪੰਜਾਬ ਦਾ ਅਤੇ ਪੂਰੇ ਪ੍ਰੈੱਸ ਰਿਪੋਰਟਰ ਜਿੰਨੇ ਵੀ ਮਲੋਹ ਗੋਬਿੰਦ ਕਰਦੇ ਨੇ ਮਦਾ ਮੇਰੀ ਮਦਦ ਕਰ ਰਹੇ ਨੇ। ਮੈਂ ਸਾਰੀ ਮੀਡੀਆ ਦਾ ਆਪਦੇ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਂ ਆਸ ਕਰਦਾ ਕਿ ਇਹ ਇਲੈਕਸ਼ਨ ਮੇਰੀ ਨਹੀਂ ਮਲੋਹ ਵਾਸੀਆਂ ਦੀ ਇਲੈਕਸ਼ਨ ਆ। ਮਲੋਹ ਦੇ ਵਿੱਚ ਜਿਸ ਤਰ੍ਹਾਂ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਦੇਖਿਆ ਵੀ 45 ਪਿੰਡਾਂ ਦੇ ਵਿੱਚ ਅੱਜ ਤੱਕ ਕੋਈ ਬੱਸ ਦਾ ਸਾਧਨ ਨਹੀਂ ਹੈਗਾ। ਸਾਡੀਆਂ ਗਰੀਬ ਪਰਿਵਾਰਾਂ ਦੀਆਂ ਮਾਤਾ ਭੈਣਾਂ ਬੱਚੇ ਜੋ ਕਿ ਪੜ੍ਹਨ ਵਾਸਤੇ ਮਲੋਹ ਜਾਂ ਫਤਿਹਗੜ੍ਹ ਜਾਂਦੇ ਨੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਪਰ ਜੋ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਰਾਜਨੀਤਿਕ ਲੋਕ ਜਾਂ ਹਲਕਾ ਇੰਚਾਰਜ ਲਗਾਏ ਗਏ ਨੇ ਉਹ ਆਪਦੀਆਂ ਰਲ ਮਿਲ ਕੇ ਮਲੋਹ ਵਾਸੀਆਂ ਨੂੰ ਰੁੱਟ ਰਹੇ ਨੇ। ਮਲੋਹ ਦੇ ਵਿਕਾਸ ਪ੍ਰਤੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਅਤੇ ਮੈਨੂੰ ਪੂਰੀ ਆਸ ਕਰਦਾ ਵੀ ਅਗਰ ਮਲੋਹ ਵਾਸੀਆਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਪੂਰੀ ਤਨਦੇਹੀ ਨਾਲ ਪੂਰੇ ਮਨ ਨਾਲ ਮਲੋਹ ਵਾਸੀਆਂ ਦੀ ਸੇਵਾ ਕਰੂੰਗਾ ਕਿਉਂਕਿ ਇਹ ਹਲਕਾ ਮੇਰਾ ਮਲੋਹ ਵਿੱਚ ਮੇਰਾ ਜਨਮ ਸਥਾਨ ਹੈ ਅਤੇ ਇਹ ਬਾਹਰਲੇ ਹਲਕਿਆਂ ਤੋਂ ਆ ਕੇ ਉਹਨੇ ਸੇਵਾ ਨਿਭਾ ਰਹੇ ਨੇ। ਇਸ ਕਰਕੇ ਇਹਨਾਂ ਨੂੰ ਮਲੋਹ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਕੁਛ ਨਹੀਂ ਪਤਾ ਵੀ ਕੀ ਦਿੱਕਤਾਂ ਆ ਰਹੀਆਂ ਨੇ। ਨੰਬਰ 2, ਮਲੋਹ ਦੇ ਵਿੱਚ ਜਿਸ ਤਰ੍ਹਾਂ ਦਾ ਪਿਛਲੇ 5 ਸਾਲਾਂ ਵਿੱਚ ਨਸ਼ੇ ਦਾ ਲੋਕਾਂ ਦੇ ਹਾਲਾਤ ਬੱਚਿਆਂ ਦੀ ਜ਼ਿੰਦਗੀ ਦਾ ਖੇਡਿਆ ਗਿਆ, ਨਸ਼ਿਆਂ ਨਾਲ ਘਰ ਦੇ ਘਰ ਬਰਬਾਦ ਕੀਤੇ ਗਏ ਨੇ, ਜਿੱਥੇ ਕਰੋਨਾ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਉੱਥੇ ਦਾਰੂ ਦਾ ਠੇਕਾ ਇੱਕ ਵੀ ਬੰਦ ਨਹੀਂ ਕੀਤਾ ਗਿਆ ਕਿਉਂਕਿ ਉਹ ਇਹ ਰਾਜਨੀਤਿਕ ਲੋਕਾਂ ਅਤੇ ਮੰਤਰੀਆਂ ਦੇ ਵਿੱਚ ਹਿੱਸੇ ਪਾਏ ਗਏ ਨੇ ਤਾਂ ਕਰਕੇ ਇਹ ਦੁਕਾਨਾਂ ਅੱਜ ਖੁੱਲ੍ਹ ਰਹੀਆਂ ਨੇ। ਸਾਡੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸਕੂਲ ਕਾਲਜ ਬੰਦ ਪਏ ਨੇ ਜਿੱਥੋਂ ਸਾਡੇ ਬੱਚਿਆਂ ਦਾ ਭਵਿੱਖ ਬਣਨਾ ਹੈ। ਆਓ ਆਪਾਂ ਸਾਰੇ ਮਿਲ ਕੇ ਜਿਸ ਤਰ੍ਹਾਂ ਦੀ ਮੈਂ ਮਲੋਹ ਦੇ ਵਿੱਚ ਕੋਈ ਮੇਰੀ ਆਸ ਨਹੀਂ ਵੀ ਮੈਂ ਇਲੈਕਸ਼ਨ ਲੜਾਂ, ਪਰ ਮੇਰਾ ਪਿੰਡ ਜੱਸੋ ਮਾਜਰਾ ਹੋਣ ਕਰਕੇ ਮੇਰੇ ਪਿੰਡ ਦੇ 3 ਨੌਜਵਾਨ ਮਲੋਹ ਤੋਂ ਗੋਬਿੰਦਗੜ੍ਹ ਸੜਕ ਆ ਜਿਹੜੀ ਉਹਦੇ 'ਤੇ ਐਕਸੀਡੈਂਟ ਹੋਣ ਕਰਕੇ ਮੌਤ ਹੋ ਚੁੱਕੀ ਸੀ। ਜਦੋਂ ਮੈਂ ਉਹਨਾਂ ਦੇ ਘਰਾਂ ਦੇ ਹਾਲਾਤ ਦੇਖੇ ਤਾਂ 50 ਤੋਂ ਵੱਧ ਲੋਕਾਂ ਦਾ ਐਕਸੀਡੈਂਟ ਇਹ ਸੜਕ ਦੇ ਉੱਤੇ ਹੋ ਚੁੱਕਿਆ ਹੈ। ਅਗਰ 2022 ਦੀ ਇਲੈਕਸ਼ਨ ਅਸੀਂ ਆਪਣੀ ਇਮਾਨਦਾਰੀ ਨਾਲ ਵੋਟ ਨਾ ਪਾਈ ਜਾਂ ਜਿਹੜੇ ਦਲਾਲ ਕਹਿ ਸਕਦਾ ਮੈਂ ਉਹਨਾਂ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਦਲਾਲਗੀ ਕਰਕੇ ਗਰੀਬ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਅਤੇ ਉਹਨਾਂ ਦੀਆਂ ਵੋਟਾਂ ਮੌਕੇ ਵੋਟ ਪਵਾ ਲੈਂਦੇ ਨੇ, ਅਗਰ ਤੁਸੀਂ ਮੈਨੂੰ ਇੱਕ ਮੌਕਾ ਦਿੰਦੇ ਹੋ ਤਾਂ ਮਲੋਹ ਦੇ ਇੱਕ ਇੱਕ ਭਾਵੇਂ ਕੋਈ MC ਆ, ਭਾਵੇਂ ਕੋਈ ਮਾਰਕੀ ਕਮੇਟੀ ਦਾ ਚੇਅਰਮੈਨ ਆ, ਭਾਵੇਂ ਕੋਈ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਆ, ਮੈਂ ਪਹਿਲੇ ਹਫ਼ਤੇ ਹੀ ਉਹਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਤੁਹਾਨੂੰ ਇਨਸਾਫ਼ ਦਵਾਊਂਗਾ ਅਤੇ ਬਣਦਾ ਮਾਨ ਸਨਮਾਨ ਕਿਸੇ ਵੀ ਹਲਕੇ ਦੇ ਲੋਕਾਂ ਨੂੰ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਹੋਊਗੀ। ਇੱਕ ਵਾਰ ਤੁਸੀਂ ਮੈਨੂੰ ਜੋ ਕੰਮ ਲਿਖਤੀ ਰੂਪ ਮੈਸੇਜ ਹੋ ਗਿਆ 24 ਘੰਟਿਆਂ ਵਿੱਚ ਉਸ ਕੰਮ ਦਾ ਹੱਲ ਕੀਤਾ ਜਾਊਗਾ। ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਵੀ ਅੱਜ ਤੱਕ ਸਾਡੇ ਲੋਕਾਂ ਦੇ ਰਾਜਨੀਤਿਕ ਲੋਕਾਂ ਨੂੰ ਇਹ ਪਤਾ ਹੀ ਨਹੀਂ ਜੇ 1000 ਅਮੀਰ ਬੰਦਾ ਇਕੱਠਾ ਹੋ ਜਾਵੇ ਮਲੋਹ ਹਲਕੇ 'ਚ ਤਾਂ 1000 ਗਰੀਬ ਬੰਦਾ ਹੋਵੇ ਤਾਂ 1 ਮਹੀਨੇ ਦੇ ਵਿੱਚ 1000 ਬੰਦੇ ਦੀ ਗਰੀਬੀ ਚੱਕੀ ਜਾ ਸਕਦੀ ਆ। ਦੂਏ ਮਹੀਨੇ 2000 ਹੋ ਗਏ, 2000 ਬੰਦੇ ਮਿਲ ਕੇ 2000 ਬੰਦਿਆਂ ਦੀ ਗਰੀਬੀ ਚੱਕਣ
ਤਾਂ ਕਿ 1 ਸਾਲ ਵਿੱਚ ਅਸੀਂ 2 ਲੱਖ ਬੰਦਿਆਂ ਨੂੰ ਰੁਜ਼ਗਾਰ ਦੇ ਸਕਦੇ ਹਾਂ, ਜੋ ਕਿ ਪੂਰੇ 1 ਸਾਲ ਵਿੱਚ ਮਲੋਹ ਹਲਕੇ ਦੇ ਵਿੱਚ ਕਿਸੇ ਦੀ ਵੀ 30,000 ਰੁਪਏ ਤੋਂ ਘੱਟ ਤਨਖਾਹ ਨਹੀਂ ਹੋਊਗੀ ਜੇ ਕੋਈ ਹਲਕਾ ਇੰਚਾਰਜ ਜਾਂ ਇਮਾਨਦਾਰੀ ਦਾ ਕੰਮ ਕੀਤਾ ਜਾਵੇ। ਦੂਆ, ਸਾਨੂੰ ਪਤਾ ਹੀ ਆ ਸਾਡੇ ਕੋਲ 2022 ਦੀ ਇਲੈਕਸ਼ਨ ਵਿੱਚ ਅੱਜ ਸਾਰੇ 12-13 ਦਿਨ ਨੇ, ਉਸ ਤੋਂ ਬਾਅਦ ਅੱਗ 5 ਸਾਲ ਅਸੀਂ ਦੇ ਜੁੱਤੀਆਂ ਖਾਣੀਆਂ ਨੇ ਜਾਂ ਇਹਨਾਂ ਲੋਕਾਂ ਦੇ ਦਬਕਿਆਂ ਥੱਲੇ ਰਹਿਣਾ ਹੈ। ਫਿਰ ਤੁਸੀਂ ਆਪਦੀਆਂ ਮਨਮਰਜ਼ੀਆਂ ਕਰੋ। ਅਗਰ 1 ਵਾਰ ਤੁਸੀਂ ਆਪਣੀ ਇਮਾਨਦਾਰੀ ਦਾ, ਜੋ ਵੀ ਤੁਹਾਡੇ ਘਰ ਰਾਜਨੀਤਿਕ ਆਗੂ ਆਉਂਦੇ ਨੇ, 5 ਸਾਲ ਦਾ ਸਮਾਂ ਦਿੱਤਾ ਇਹਨਾਂ ਨੂੰ, ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ, ਕੋਈ ਵੀ ਮੁੱਖ ਮੰਤਰੀ ਮੇਰੇ ਨਾਲ 1 ਘੰਟੇ ਦੀ ਡਿਬੇਟ ਕਰੇ, ਅਗਰ ਮੈਨੂੰ ਉਹ ਕੋਈ ਵੀ ਗੱਲ ਦਾ ਜਵਾਬ ਦੇਣ 'ਚ ਮੈਂ ਨਹੀਂ ਹੋਇਆ, ਮੈਂ ਆਪਦੇ ਘਰ ਬੈਜੂ ਰਾਜਨੀਤੀ 'ਚ। ਇਸ ਕਰਕੇ ਮੈਂ ਪੂਰੇ ਮਲੋਹ ਹਲਕੇ ਦੀ ਸੇਵਾ ਕਰਨੀ ਚਾਹੁੰਦਾ। ਮੈਨੂੰ ਸਾਰੇ ਮਲੋਹ ਵਾਸੀਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ 1 ਮੌਕਾ ਦਿੱਤਾ ਜਾਵੇ। ਮੇਰੇ 26 ਸਾਲ ਦੇ ਕੈਰੀਅਰ ਵਿੱਚ ਨਾ ਕੋਈ ਗੱਡੀਆਂ, ਨਾ ਕੋਈ ਕਾਰਾਂ, ਨਾ ਕੋਈ ਆਪਣੀਆਂ ਕੋਠੀਆਂ ਪਾਈਆਂ ਨੇ, 26 ਸਾਲ ਮੈਂ ਰਾਜਨੀਤੀ ਦੇ ਵਿੱਚ ਸੇਵਾ ਹੀ ਕੀਤੀ ਆ, ਅਤੇ ਕਈ ਅਹੁਦਿਆਂ 'ਤੇ ਮੈਂ ਪੰਜਾਬ ਦੇ ਕੰਮ ਕਰਿਆ, ਅਤੇ ਜਿੱਥੇ ਵੀ ਮੈਂ ਕਿਸੇ ਨੂੰ ਇਨਸਾਫ ਦਵਾਇਆ ਮੇਰੇ ਬਾਰੇ ਧਰਮ ਪਾ ਜੱਸੋ ਮਾਜਰੇ ਦਾ ਨਾਮ ਬੱਚਾ ਬੱਚਾ ਜਾਣਦਾ ਹੈ। ਅਤੇ ਦੂਈ, ਪੰਜਾਬ ਦੇ ਵਿੱਚ ਜਿੰਨੇ ਕਲੱਬ ਬਣੇ ਨੇ ਪਿਛਲੇ 5 ਸਾਲਾਂ 'ਚ, ਕਿਸੇ ਕਲੱਬ ਨੂੰ ਇਹਨਾਂ ਨੇ ਕੋਈ ਰੁਪਈਆ ਨਹੀਂ ਦਿੱਤਾ। ਮੇਰੀ ਸਰਕਾਰ ਬਣਦਿਆਂ ਹੀ ਹਰ ਕਲੱਬ ਨੂੰ ਹਰ ਸਾਲ 1 ਲੱਖ ਰੁਪਈਏ ਦੀ ਗ੍ਰਾਂਟ ਦਿੱਤੀ ਜਾਊਗੀ ਜੋ ਖੇਲਾਂ ਉੱਤੇ ਲਗਾਇਆ ਜਾਊਗਾ। 1 ਲੱਖ ਰੁਪਈਆ ਮਹਿਲਾ ਵਿੰਗ ਦੀਆਂ ਪ੍ਰਧਾਨ ਬਣਾ ਕੇ ਟੀਮਾਂ ਮਾਈਆਂ ਨੂੰ ਦਿੱਤਾ ਜਾਊਗਾ ਜੋ ਆਪਣਾ ਵਿਕਾਸ ਆਪਦੇ ਪੱਧਰ 'ਤੇ ਕਰਾਇਆ ਜਾਊਗਾ। ਨੰਬਰ 3, ਜੋ ਮਨਰੇਗਾ ਸਕੀਮ ਆ ਜੋ 100 ਦਿਨ ਵਾਸਤੇ ਚੱਲ ਰਹੀ ਆ, ਉਸ ਨੂੰ ਆਪਣੇ ਹਲਕੇ ਦੇ ਵਿੱਚ 300 ਦਿਨ ਲਈ ਪੱਕਾ ਕੰਮ ਲਾਗੂ ਕਰਾਇਆ ਜਾਊਗਾ, ਅਤੇ ਉਹਨਾਂ ਦੀ ਦਿਹਾੜੀ 700 ਰੁਪਈਆ ਪ੍ਰਤੀ ਦਿਨ ਕੀਤੀ ਜਾਊਗੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਅਦਾ ਦੱਸਣਾ, ਹੁਣ ਤੁਹਾਨੂੰ ਮੈਂ ਇੱਕ ਬਹੁਤ ਜੋ ਕਿ ਮੇਰੀ ਆਪਦੀ ਦਿਲ ਦੀ ਤਮੰਨਾ ਦੀ, ਪਿੰਡਾਂ ਦੇ ਵਿੱਚ ਇੱਕ ਸਾਡੀਆਂ ਮਾਤਾ ਵਾਸਤੇ ਮੈਡੀਕਲ ਸਹੂਲਤ ਬਹੁਤ ਹੀ ਘੱਟ ਆ, ਜਿਹਦੇ ਨਾਲ ਸਾਨੂੰ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਸਾਡੇ ਅੱਜ 90% ਲੋਕ ਦਵਾਈ ਕਰਕੇ ਆਪਣੇ ਘਰਾਂ ਵਿੱਚ ਬੈਠੇ ਨੇ। ਅਗਰ ਸਾਡੀ ਸਰਕਾਰ ਆਉਂਦੀ ਆ ਤਾਂ ਹਰ ਪਿੰਡ ਵਿੱਚ 1 ਸਪੈਸ਼ਲ ਸਹੂਲਤ ਦਿੱਤੀ ਜਾਊਗੀ ਜੋ ਕਿ ਪਿੰਡ ਦੇ ਵਿੱਚ ਕਿਸੇ ਨੂੰ ਦਵਾਈ ਵਾਸਤੇ ਕਿਸੇ ਦੇ ਦਰ 'ਤੇ ਜਾ ਕੇ ਪੈਸੇ ਮੰਗਣ ਦੀ ਲੋੜ ਨਹੀਂ ਹੋਊਗੀ। ਜਿਹੜੀਆਂ ਸਕੀਮਾਂ ਨੇ ਇਹ ਸਾਡੇ ਰਾਜਨੀਤਿਕ ਲੋਕ 75% ਆਪ ਫਾਇਦਾ ਲੈ ਜਾਂਦੇ ਨੇ, 25% ਸਾਡੇ ਗਰੀਬ ਲੋਕਾਂ ਤੱਕ ਪਹੁੰਚਦੀ ਆ। ਜਦੋਂ ਅਸੀਂ ਬੇਰੁਜ਼ਗਾਰੀ ਖਤਮ ਕੀਤੀ ਜਾਊਗੀ 1 ਸਾਲ ਵਿੱਚ, ਤਾਂ ਸਾਨੂੰ ਸਕੀਮਾਂ ਦੀ ਲੋੜ ਨਹੀਂ ਪਊਗੀ, ਅਸੀਂ ਆਪ ਇਹ ਰਾਜਨੀਤਿਕ ਲੋਕਾਂ ਨੂੰ ਸਕੀਮਾਂ ਦਿਆ ਕਰਾਂਗੇ। ਹੁਣ 1 MLA ਨੂੰ 3 ਲੱਖ ਰੁਪਈਆ ਪ੍ਰਤੀ ਮਹੀਨੇ ਦਾ ਉਹਨੂੰ ਤਨਖਾਹ ਦੇ ਵਿੱਚ ਸਾਰੇ ਖਰਚੇ ਪਾ ਕੇ ਦਿੱਤਾ ਜਾਂਦਾ, ਅਤੇ ਸਾਲ ਦਾ ਬਣ ਗਿਆ 70,000 ਰੁਪਈਆ, 5 ਸਾਲ ਦਾ ਬਣ ਗਿਆ 1.5 ਕਰੋੜ ਤੋਂ ਪਲੱਸ ਦਾ। 5 ਸਾਲ ਵਿੱਚ 1 MLA ਸਾਡੀ, ਅਸੀਂ ਉਹਨੂੰ ਨੌਕਰ ਰੱਖਿਆ ਵੀ ਆਪਦੇ ਵਿਧਾਨ ਸਭਾ ਹਲਕੇ ਵਾਸਤੇ ਵੀ ਉਹ ਸਾਡੇ ਕੰਮ ਕਰੂਗਾ। ਉਹ ਨਾ ਕੋਈ ਕਾਂਗਰਸ ਦਾ MLA ਹੁੰਦਾ, ਨਾ ਉਹ ਅਕਾਲੀ ਦਲ ਦਾ MLA ਹੁੰਦਾ, ਉਹ ਸਾਰੇ ਮਲੋਹ ਹਲਕੇ ਦਾ ਹੁੰਦਾ। ਉਹ ਕੋਈ ਵੀ ਬੰਦਾ ਜਾ ਕੇ ਉਹਨੂੰ ਸਵੇਰੇ ਸ਼ਾਮੀ ਹਾਕ ਮਾਰ ਕੇ ਬਾਂਹ ਤੋਂ ਫੜ ਕੇ ਕੰਮ ਕਰਾ ਸਕਦਾ, ਪਰ ਇਹ ਲੋਕ ਜਿਹੜਾ ਕਾਂਗਰਸ ਦਾ MLA ਬਣ ਜਾਂਦਾ ਉਹ ਕਾਂਗਰਸੀਆਂ ਦਾ ਹੀ ਕੰਮ ਕਰਦਾ, ਜਿਹੜਾ ਅਕਾਲੀ ਦਲ ਦਾ ਬਣਦਾ ਉਹ ਅਕਾਲੀ ਦਲ ਦਾ ਹੀ ਕੰਮ ਕਰਾਉਂਦਾ। ਅਤੇ ਆਮ ਪਬਲਿਕ 74 ਸਾਲਾਂ ਵਿੱਚ ਸਾਡੀ ਪਬਲਿਕ ਅੱਜ ਵੀ ਸਹੂਲਤਾਂ ਤੋਂ ਵਾਂਝੀ ਆ। ਅਗਰ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਮਾਣ ਕਰਦੇ ਹੋਏ ਮੈਨੂੰ 1 ਮੌਕਾ ਦਿੱਤਾ ਗਿਆ, ਤਾਂ ਤੁਹਾਨੂੰ 1 ਰਾਜਨੀਤੀ ਦਾ ਨਵਾਂ ਮਾਹੌਲ ਪੈਦਾ ਕੀਤਾ ਜਾਊਗਾ, ਜਿਹਦੇ ਨਾਲ ਤੁਹਾਨੂੰ ਪਤਾ ਲੱਗੂਗਾ ਵੀ ਰਾਜਨੀਤੀ ਕਿਸ ਤਰ੍ਹਾਂ ਕਰੀ ਜਾਈਦੀ ਆ। ਸੋ ਦੁਬਾਰਾ ਮੇਰੀ ਸਾਰੇ ਮਲੋਹ ਵਾਸੀਆਂ ਨੂੰ, ਮਾਤਾ ਨੂੰ, ਭੈਣਾਂ ਨੂੰ, ਅਤੇ ਪ੍ਰਵਾਸੀ ਮਜ਼ਦੂਰਾਂ ਨੂੰ, ਅਤੇ ਗੋਬਿੰਦਗੜ੍ਹ ਦੇ ਜੋ ਮਿੱਲਾਂ ਦੇ ਮਾਲਕ ਨੇ, ਜੋ ਪਿੰਡਾਂ ਦੇ ਸਰਪੰਚ ਮੈਂਬਰ ਨੇ, ਕਲੱਬਾਂ ਦੇ ਪ੍ਰਧਾਨ ਨੇ, ਮਨਰੇਗਾ ਸਕੀਮਾਂ ਦੀਆਂ ਮਾਤਾ ਨੇ, ਸਾਰਿਆਂ ਨੂੰ, ਜੋ ਵੀ ਆਂਗਣਵਾੜੀ ਵਰਕਰ ਨੇ, ਤੁਹਾਨੂੰ ਕਿਸੇ ਨੂੰ ਧਰਨਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਪਊਗੀ। ਸਾਰਿਆਂ ਦਾ ਮਾਣ ਸਨਮਾਨ, ਸਾਰਿਆਂ ਦੇ ਕੰਮ 24 ਘੰਟੇ ਹਾਜ਼ਰ ਰਹੂੰਗਾ। ਅਗਰ ਮੈਂ ਹਾਰ ਵੀ ਜਾਂਦਾ ਤਾਂ ਵੀ ਮਲੋਹ ਹਲਕੇ ਦੀ ਮੈਂ ਇਸੇ ਤਰ੍ਹਾਂ ਸੇਵਾ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰ, ਅੱਜ ਤੁਸੀਂ ਮਲੋਹ ਬਾਰੇ ਕੀ ਕਹਿਣਾ ਚਾਹੋਗੇ? ਮੈਂ ਮਲੋਹ ਵਾਸੀਆਂ ਦਾ
ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਿਧਾਨ ਸਭਾ ਹਲਕਾ ਮਲੋਹ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ। ਅੱਜ ਵਿਧਾਨ ਸਭਾ ਹਲਕਾ ਮਲੋਹ ਤੋਂ ਮੈਂ MLA ਦੀ ਇਲੈਕਸ਼ਨ ਵਾਸਤੇ ਨੈਸ਼ਨਲ ਆਪਣੀ ਪਾਰਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦੀਆਂ ਜੋ ਪੂਰੀਆਂ 117 ਸੀਟਾਂ ਨੇ ਉਹਨਾਂ ਕੁਛ ਸੀਟਾਂ ਦੇ ਉੱਤੇ ਅਸੀਂ ਨੇ ਪੰਜਾਬ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ ਮਲੋਹ ਦਾ ਮੈਨੂੰ ਹਲਕਾ ਇੰਚਾਰਜ ਵੀ ਲਗਾਇਆ ਗਿਆ ਹੈ ਅਤੇ ਮਲੋਹ ਦੀ ਟਿਕਟ ਦੇ ਉੱਤੇ ਟਿਕਟ ਰੰਡ ਵਾਸਤੇ ਹਾਈ ਕਮਾਂਡ ਨੇ ਮੈਨੂੰ ਜੋ ਹੁਕਮ ਲਗਾਇਆ ਹੈ। ਮਲੋਹ ਹਲਕੇ ਦੇ ਵਿੱਚ ਜਿਸ ਤਰ੍ਹਾਂ ਦਾ ਮੈਂ ਦੇਖਿਆ ਪਿੰਡਾਂ ਵਿੱਚ ਜਾ ਕੇ, ਸਾਰਿਆਂ ਨੂੰ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਪੂਰੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਮੈਂ ਹੀ ਇੱਕ ਪੱਤਰਕਾਰ ਹਾਂ ਵੱਲੋਂ ਪੰਜਾਬ ਦੀ ਇਲੈਕਸ਼ਨ ਲੜ ਰਿਹਾ। ਪੂਰਾ ਮੀਡੀਆ ਪੰਜਾਬ ਦਾ ਅਤੇ ਪੂਰੇ ਪ੍ਰੈਸ ਰਿਪੋਰਟਰ ਜਿੰਨੇ ਵੀ ਮਲੋਹ ਗੋਬਿੰਦ ਕਰਦੇ ਨੇ ਮਦਾ ਮੇਰੀ ਮਦਦ ਕਰ ਰਹੇ ਨੇ। ਮੈਂ ਸਾਰੀ ਮੀਡੀਆ ਦਾ ਆਪਦੇ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਂ ਆਸ ਕਰਦਾ ਕਿ ਇਹ ਇਲੈਕਸ਼ਨ ਮੇਰੀ ਨਹੀਂ ਮਲੋਹ ਵਾਸੀਆਂ ਦੀ ਇਲੈਕਸ਼ਨ ਆ। ਮਲੋਹ ਦੇ ਵਿੱਚ ਜਿਸ ਤਰ੍ਹਾਂ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਦੇਖਿਆ ਵੀ 45 ਪਿੰਡਾਂ ਦੇ ਵਿੱਚ ਅੱਜ ਤੱਕ ਕੋਈ ਬੱਸ ਦਾ ਸਾਧਨ ਨਹੀਂ ਹੈਗਾ। ਸਾਡੀਆਂ ਗਰੀਬ ਪਰਿਵਾਰਾਂ ਦੀਆਂ ਮਾਤਾ ਭੈਣਾਂ ਬੱਚੇ ਜੋ ਕਿ ਪੜ੍ਹਨ ਵਾਸਤੇ ਮਲੋਹ ਜਾਂ ਫਤਿਹਗੜ੍ਹ ਜਾਂਦੇ ਨੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਪਰ ਜੋ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਰਾਜਨੀਤਿਕ ਲੋਕ ਜਾਂ ਹਲਕਾ ਇੰਚਾਰਜ ਲਗਾਏ ਗਏ ਨੇ ਉਹ ਆਪਦੀਆਂ ਰਲ ਮਿਲ ਕੇ ਮਲੋਹ ਵਾਸੀਆਂ ਨੂੰ ਰੁੱਟ ਰਹੇ ਨੇ। ਮਲੋਹ ਦੇ ਵਿਕਾਸ ਪ੍ਰਤੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਅਤੇ ਮੈਨੂੰ ਪੂਰੀ ਆਸ ਕਰਦਾ ਵੀ ਅਗਰ ਮਲੋਹ ਵਾਸੀਆਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਪੂਰੀ ਤਨਦੇਹੀ ਨਾਲ ਪੂਰੇ ਮਨ ਨਾਲ ਮਲੋਹ ਵਾਸੀਆਂ ਦੀ ਸੇਵਾ ਕਰੂੰਗਾ ਕਿਉਂਕਿ ਇਹ ਹਲਕਾ ਮੇਰਾ ਮਲੋਹ ਵਿੱਚ ਮੇਰਾ ਜਨਮ ਸਥਾਨ ਹੈ ਅਤੇ ਇਹ ਬਾਹਰਲੇ ਹਲਕਿਆਂ ਤੋਂ ਆ ਕੇ ਉਹਨੇ ਸੇਵਾ ਨਿਭਾ ਰਹੇ ਨੇ। ਇਸ ਕਰਕੇ ਇਹਨਾਂ ਨੂੰ ਮਲੋਹ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਕੁਛ ਨਹੀਂ ਪਤਾ ਵੀ ਕੀ ਦਿੱਕਤਾਂ ਆ ਰਹੀਆਂ ਨੇ। ਨੰਬਰ 2, ਮਲੋਹ ਦੇ ਵਿੱਚ ਜਿਸ ਤਰ੍ਹਾਂ ਦਾ ਪਿਛਲੇ 5 ਸਾਲਾਂ ਵਿੱਚ ਨਸ਼ੇ ਦਾ ਲੋਕਾਂ ਦੇ ਹਾਲਾਤ ਬੱਚਿਆਂ ਦੀ ਜ਼ਿੰਦਗੀ ਦਾ ਖੇਡਿਆ ਗਿਆ, ਨਸ਼ਿਆਂ ਨਾਲ ਘਰ ਦੇ ਘਰ ਬਰਬਾਦ ਕੀਤੇ ਗਏ ਨੇ, ਜਿੱਥੇ ਕਰੋਨਾ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਉੱਥੇ ਦਾਰੂ ਦਾ ਠੇਕਾ ਇੱਕ ਵੀ ਬੰਦ ਨਹੀਂ ਕੀਤਾ ਗਿਆ ਕਿਉਂਕਿ ਇਹ ਰਾਜਨੀਤਿਕ ਲੋਕਾਂ ਅਤੇ ਮੰਤਰੀਆਂ ਦੇ ਵਿੱਚ ਹਿੱਸੇ ਪਾਏ ਗਏ ਨੇ ਤਾਂ ਕਰਕੇ ਇਹ ਦੁਕਾਨਾਂ ਅੱਜ ਖੁੱਲ੍ਹ ਰਹੀਆਂ ਨੇ। ਸਾਡੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸਕੂਲ ਕਾਲਜ ਬੰਦ ਪਏ ਨੇ ਜਿੱਥੋਂ ਸਾਡੇ ਬੱਚਿਆਂ ਦਾ ਭਵਿੱਖ ਬਣਨਾ ਹੈ। ਆਓ ਆਪਾਂ ਸਾਰੇ ਮਿਲ ਕੇ ਜਿਸ ਤਰ੍ਹਾਂ ਦੀ ਮੈਂ ਮਲੋਹ ਦੇ ਵਿੱਚ ਕੋਈ ਮੇਰੀ ਆਸ ਨਹੀਂ ਵੀ ਮੈਂ ਇਲੈਕਸ਼ਨ ਲੜਾਂ, ਪਰ ਮੇਰਾ ਪਿੰਡ ਜੱਸੋ ਮਾਜਰਾ ਹੋਣ ਕਰਕੇ ਮੇਰੇ ਪਿੰਡ ਦੇ 3 ਨੌਜਵਾਨ ਮਲੋਹ ਤੋਂ ਗੋਬਿੰਦਗੜ੍ਹ ਸੜਕ ਆ ਜਿਹੜੀ ਉਹਦੇ 'ਤੇ ਐਕਸੀਡੈਂਟ ਹੋਣ ਕਰਕੇ ਮੌਤ ਹੋ ਚੁੱਕੀ ਸੀ। ਜਦੋਂ ਮੈਂ ਉਹਨਾਂ ਦੇ ਘਰਾਂ ਦੇ ਹਾਲਾਤ ਦੇਖੇ ਤਾਂ 50 ਤੋਂ ਵੱਧ ਲੋਕਾਂ ਦਾ ਐਕਸੀਡੈਂਟ ਇਹ ਸੜਕ ਦੇ ਉੱਤੇ ਹੋ ਚੁੱਕਿਆ ਹੈ। ਅਗਰ 2022 ਦੀ ਇਲੈਕਸ਼ਨ ਅਸੀਂ ਆਪਣੀ ਇਮਾਨਦਾਰੀ ਦਾ ਰਿਪੋਰਟ ਨਾ ਪਾਈ ਜਾਂ ਜਿਹੜੇ ਦਲਾਲ ਕਹਿ ਸਕਦਾ ਮੈਂ ਉਹਨਾਂ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਦਲਾਲਗੀ ਕਰਕੇ ਗਰੀਬ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਅਤੇ ਉਹਨਾਂ ਦੀਆਂ ਵੋਟਾਂ ਮੌਕੇ ਵੋਟ ਪਵਾ ਲੈਂਦੇ ਨੇ, ਅਗਰ ਤੁਸੀਂ ਮੈਨੂੰ ਇੱਕ ਮੌਕਾ ਦਿੰਦੇ ਹੋ ਤਾਂ ਮਲੋਹ ਦੇ ਇੱਕ ਇੱਕ ਭਾਵੇਂ ਕੋਈ MC ਆ, ਭਾਵੇਂ ਕੋਈ ਮਾਰਕੀ ਕਮੇਟੀ ਦਾ ਚੇਅਰਮੈਨ ਆ, ਭਾਵੇਂ ਕੋਈ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਆ, ਮੈਂ ਪਹਿਲੇ ਹਫ਼ਤੇ ਹੀ ਉਹਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਤੁਹਾਨੂੰ ਇਨਸਾਫ ਦਵਾਊਂਗਾ ਅਤੇ ਬਣਦਾ ਮਾਨ ਸਨਮਾਨ ਕਿਸੇ ਵੀ ਹਲਕੇ ਦੇ ਲੋਕਾਂ ਨੂੰ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਹੋਊਗੀ। ਇੱਕ ਵਾਰ ਤੁਸੀਂ ਮੈਨੂੰ ਜੋ ਕੰਮ ਲਿਖਤੀ ਰੂਪ ਮੈਸੇਜ ਹੋ ਗਿਆ 24 ਘੰਟਿਆਂ ਵਿੱਚ ਉਸ ਕੰਮ ਦਾ ਹੱਲ ਕੀਤਾ ਜਾਊਗਾ। ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਵੀ ਅੱਜ ਤੱਕ ਸਾਡੇ ਲੋਕਾਂ ਦੇ ਰਾਜਨੀਤਿਕ ਲੋਕਾਂ ਨੂੰ ਇਹ ਪਤਾ ਹੀ ਨਹੀਂ ਜੇ 1000 ਅਮੀਰ ਬੰਦਾ ਇਕੱਠਾ ਹੋ ਜਾਵੇ ਮਲੋਹ ਹਲਕੇ 'ਚ ਤਾਂ 1000 ਗਰੀਬ ਬੰਦਾ ਹੋਵੇ ਤਾਂ 1 ਮਹੀਨੇ ਦੇ ਵਿੱਚ 1000 ਬੰਦੇ ਦੀ ਗਰੀਬੀ ਚੱਕੀ ਜਾ ਸਕਦੀ ਆ। ਦੂਏ ਮਹੀਨੇ 2000 ਹੋ ਗਏ, 2000 ਬੰਦੇ ਮਿਲ ਕੇ 2000 ਬੰਦਿਆਂ ਦੀ ਗਰੀਬੀ ਚੱਕਣ ਤਾਂ ਕਿ 1 ਸਾਲ ਵਿੱਚ ਅਸੀਂ
2 ਲੱਖ ਬੰਦਿਆਂ ਨੂੰ ਰੁਜ਼ਗਾਰ ਦੇ ਸਕਦੇ ਹਾਂ, ਜੋ ਕਿ ਪੂਰੇ 1 ਸਾਲ ਵਿੱਚ ਮਲੋਹ ਹਲਕੇ ਦੇ ਵਿੱਚ ਕਿਸੇ ਦੀ ਵੀ 30,000 ਰੁਪਏ ਤੋਂ ਘੱਟ ਤਨਖਾਹ ਨਹੀਂ ਹੋਊਗੀ ਜੇ ਕੋਈ ਹਲਕਾ ਇੰਚਾਰਜ ਜਾਂ ਇਮਾਨਦਾਰੀ ਦਾ ਕੰਮ ਕੀਤਾ ਜਾਵੇ। ਦੂਆ, ਸਾਨੂੰ ਪਤਾ ਹੀ ਆ ਸਾਡੇ ਕੋਲ 2022 ਦੀ ਇਲੈਕਸ਼ਨ ਵਿੱਚ ਅੱਜ ਸਾਰੇ 12-13 ਦਿਨ ਨੇ, ਉਸ ਤੋਂ ਬਾਅਦ ਅੱਗ 5 ਸਾਲ ਅਸੀਂ ਨੇ ਜੁੱਤੀਆਂ ਖਾਣੀਆਂ ਨੇ ਜਾਂ ਇਹਨਾਂ ਲੋਕਾਂ ਦੇ ਦਬਕਿਆਂ ਥੱਲੇ ਰਹਿਣਾ ਹੈ। ਫਿਰ ਤੁਸੀਂ ਆਪਦੀਆਂ ਮਨਮਰਜ਼ੀਆਂ ਕਰੋ। ਅਗਰ 1 ਵਾਰ ਤੁਸੀਂ ਆਪਣੀ ਇਮਾਨਦਾਰੀ ਦਾ, ਜੋ ਵੀ ਤੁਹਾਡੇ ਘਰ ਰਾਜਨੀਤਿਕ ਆਗੂ ਆਉਂਦੇ ਨੇ, 5 ਸਾਲ ਦਾ ਸਮਾਂ ਦਿੱਤਾ ਇਹਨਾਂ ਨੂੰ, ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ, ਕੋਈ ਵੀ ਮੁੱਖ ਮੰਤਰੀ ਮੇਰੇ ਨਾਲ 1 ਘੰਟੇ ਦੀ ਡਿਬੇਟ ਕਰੇ, ਅਗਰ ਮੈਨੂੰ ਉਹ ਕੋਈ ਵੀ ਗੱਲ ਦਾ ਜਵਾਬ ਦੇਣ 'ਚ ਮੈਂ ਨਹੀਂ ਹੋਇਆ, ਮੈਂ ਆਪਦੇ ਘਰ ਬੈਜੂ ਰਾਜਨੀਤੀ 'ਚ। ਇਸ ਕਰਕੇ ਮੈਂ ਪੂਰੇ ਮਲੋਹ ਹਲਕੇ ਦੀ ਸੇਵਾ ਕਰਨੀ ਚਾਹੁੰਦਾ। ਮੈਨੂੰ ਸਾਰੇ ਮਲੋਹ ਵਾਸੀਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ 1 ਮੌਕਾ ਦਿੱਤਾ ਜਾਵੇ। ਮੇਰੇ 26 ਸਾਲ ਦੇ ਕੈਰੀਅਰ ਵਿੱਚ ਨਾ ਕੋਈ ਗੱਡੀਆਂ, ਨਾ ਕੋਈ ਕਾਰਾਂ, ਨਾ ਕੋਈ ਆਪਣੀਆਂ ਕੋਠੀਆਂ ਪਾਈਆਂ ਨੇ, 26 ਸਾਲ ਮੈਂ ਰਾਜਨੀਤੀ ਦੇ ਵਿੱਚ ਸੇਵਾ ਹੀ ਕੀਤੀ ਆ, ਅਤੇ ਕਈ ਅਹੁਦਿਆਂ 'ਤੇ ਮੈਂ ਪੰਜਾਬ 'ਤੇ ਕੰਮ ਕਰਿਆ, ਅਤੇ ਜਿੱਥੇ ਵੀ ਮੈਂ ਕਿਸੇ ਨੂੰ ਇਨਸਾਫ ਦਵਾਇਆ ਮੇਰੇ ਬਾਰੇ ਆਪਣੇ ਘਰਾਂ ਵਿੱਚ ਬੈਠੇ ਨੇ। ਅਗਰ ਸਾਡੀ ਸਰਕਾਰ ਆਉਂਦੀ ਆ ਤਾਂ ਹਰ ਪਿੰਡ ਵਿੱਚ 1 ਸਪੈਸ਼ਲ ਸਹੂਲਤ ਦਿੱਤੀ ਜਾਊਗੀ, ਜੋ ਕਿ ਪਿੰਡ ਦੇ ਵਿੱਚ ਕਿਸੇ ਨੂੰ ਦਵਾਈ ਵਾਸਤੇ ਕਿਸੇ ਦੇ ਦਰ 'ਤੇ ਜਾ ਕੇ ਪੈਸੇ ਮੰਗਣ ਦੀ ਲੋੜ ਨਹੀਂ ਹੋਊਗੀ। ਜਿਹੜੀਆਂ ਸਕੀਮਾਂ ਨੇ ਇਹ ਸਾਡੇ ਰਾਜਨੀਤਿਕ ਲੋਕ 75% ਆਪ ਫਾਇਦਾ ਲੈ ਜਾਂਦੇ ਨੇ, 25% ਸਾਡੇ ਗਰੀਬ ਲੋਕਾਂ ਤੱਕ ਪਹੁੰਚਦੀ ਆ। ਜਦੋਂ ਅਸੀਂ ਬੇਰੁਜ਼ਗਾਰੀ ਖਤਮ ਕੀਤੀ ਜਾਊਗੀ 1 ਸਾਲ ਵਿੱਚ, ਤਾਂ ਸਾਨੂੰ ਸਕੀਮਾਂ ਦੀ ਲੋੜ ਨਹੀਂ ਪਊਗੀ, ਅਸੀਂ ਆਪ ਇਹ ਰਾਜਨੀਤਿਕ ਲੋਕਾਂ ਨੂੰ ਸਕੀਮਾਂ ਦਿਆ ਕਰਾਂਗੇ। ਹੁਣ 1 MLA ਨੂੰ 3 ਲੱਖ ਰੁਪਈਆ ਪ੍ਰਤੀ ਮਹੀਨੇ ਦਾ ਉਹਨੂੰ ਤਨਖਾਹ ਦੇ ਵਿੱਚ ਸਾਰੇ ਖਰਚੇ ਪਾ ਕੇ ਦਿੱਤਾ ਜਾਂਦਾ, ਅਤੇ ਸਾਲ ਦਾ ਬਣ ਗਿਆ 37,000 ਰੁਪਈਆ, 5 ਸਾਲ ਦਾ ਬਣ ਗਿਆ 1.5 ਕਰੋੜ ਤੋਂ ਪਲੱਸ ਦਾ। 5 ਸਾਲ ਵਿੱਚ 1 MLA ਸਾਡੀ, ਅਸੀਂ ਉਹਨੂੰ ਨੌਕਰ ਰੱਖਿਆ ਵੀ ਆਪਦੇ ਵਿਧਾਨ ਸਭਾ ਹਲਕੇ ਵਾਸਤੇ ਵੀ ਉਹ ਸਾਡੇ ਕੰਮ ਕਰੂਗਾ। ਉਹ ਨਾ ਕੋਈ ਕਾਂਗਰਸ ਦਾ MLA ਹੁੰਦਾ, ਨਾ ਉਹ ਅਕਾਲੀ ਦਲ ਦਾ MLA ਹੁੰਦਾ, ਉਹ ਸਾਰੇ ਮਲੋਹ ਹਲਕੇ ਦਾ ਹੁੰਦਾ। ਉਹ ਕੋਈ ਵੀ ਬੰਦਾ ਜਾ ਕੇ ਉਹਨੂੰ ਸਵੇਰੇ ਸ਼ਾਮੀ ਹਾਕ ਮਾਰ ਕੇ ਬਾਂਹ ਤੋਂ ਫੜ ਕੇ ਕੰਮ ਕਰਾ ਸਕਦਾ, ਪਰ ਇਹ ਲੋਕ ਜਿਹੜਾ ਕਾਂਗਰਸ ਦਾ MLA ਬਣ ਜਾਂਦਾ ਉਹ ਕਾਂਗਰਸੀਆਂ ਦਾ ਹੀ ਕੰਮ ਕਰਦਾ, ਜਿਹੜਾ ਅਕਾਲੀ ਦਲ ਦਾ ਬਣਦਾ ਉਹ ਅਕਾਲੀ ਦਲ ਦਾ ਹੀ ਬਣ ਕੰਮ ਕਰਾਉਂਦਾ। ਅਤੇ ਆਮ ਪਬਲਿਕ 74 ਸਾਲਾਂ ਵਿੱਚ ਸਾਡੀ ਪਬਲਿਕ ਅੱਜ ਵੀ ਸਹੂਲਤਾਂ ਤੋਂ ਵਾਂਝੀ ਆ। ਅਗਰ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੈਨੂੰ 1 ਮੌਕਾ ਦਿੱਤਾ ਗਿਆ, ਤਾਂ ਤੁਹਾਨੂੰ 1 ਰਾਜਨੀਤੀ ਦਾ ਨਵਾਂ ਮਾਹੌਲ ਪੈਦਾ ਕੀਤਾ ਜਾਊਗਾ, ਜਿਹਦੇ ਨਾਲ ਤੁਹਾਨੂੰ ਪਤਾ ਲੱਗੂਗਾ ਵੀ ਰਾਜਨੀਤੀ ਕਿਸ ਤਰ੍ਹਾਂ ਕਰੀ ਜਾਈਦੀ ਆ। ਸੋ ਦੁਬਾਰਾ ਮੇਰੀ ਸਾਰੇ ਮਲੋਹ ਵਾਸੀਆਂ ਨੂੰ, ਮਾਤਾ ਨੂੰ, ਭੈਣਾਂ ਨੂੰ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਅਤੇ ਗੋਬਿੰਦਗੜ੍ਹ ਦੇ ਜੋ ਮਿੱਲਾਂ ਦੇ ਮਾਲਕ ਨੇ, ਜੋ ਪਿੰਡਾਂ ਦੇ ਸਰਪੰਚ ਮੈਂਬਰ ਨੇ, ਕਲੱਬਾਂ ਦੇ ਪ੍ਰਧਾਨ ਨੇ, ਮਨਰੇਗਾ ਸਕੀਮਾਂ ਦੀਆਂ ਮਾਤਾ ਨੇ, ਸਾਰਿਆਂ ਨੂੰ, ਜੋ ਵੀ ਆਂਗਣਵਾੜੀ ਵਰਕਰ ਨੇ, ਤੁਹਾਨੂੰ ਕਿਸੇ ਨੂੰ ਧਰਨਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਪਊਗੀ। ਸਾਰਿਆਂ ਦਾ ਮਾਣ ਸਨਮਾਨ, ਸਾਰਿਆਂ ਦੇ ਕੰਮ 24 ਘੰਟੇ ਹਾਜ਼ਰ ਰਹੂੰਗਾ। ਅਗਰ ਮੈਂ ਹਾਰ ਵੀ ਜਾਂਦਾ ਤਾਂ ਵੀ ਮਲੋਹ ਹਲਕੇ ਦੀ ਮੈਂ ਇਸੇ ਤਰ੍ਹਾਂ ਸੇਵਾ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।